ਮਸ਼ਹੂਰ ਸਾਈਕਲ ਨਿਰਮਾਤਾ ਕੰਪਨੀ ਐਟਲਸ ਸਾਈਕਲ ਖਿਲਾਫ ਲੁਧਿਆਣਾ ਸਾਈਕਲ ਸਨਅਤ ਹੁਣ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਚੁੱਕੀ ਹੈ। ਇਹ ਜਾਣਕਾਰੀ ਸਥਾਨਕ ਹੋਟਲ ਵਿਖੇ UCPMA ਦੇ ਪ੍ਰਧਾਨ ਇੰਦਰਜੀਤ ਸਿੰਘ ਨਵਜੁਗ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਦਿੱਤੀ। ਉਹਨਾਂ ਦੱਸਿਆ ਕਿ ਪਿਛਲੇ 2 ਸਾਲ ਤੋਂ ਮਟੀਰੀਅਲ ਲੈ ਕੇ ਪੈਸੇ ਨਾ ਦੇਣ ਦਾ ਮਾਮਲਾ ਲਟਕਦਾ ਆ ਰਿਹਾ ਹੈ, ਜਿਸ ਕਾਰਨ ਕਈ ਵੈਂਡਰ ਬੈਂਕ ਡਿਫਾਲਟਰ ਹੋ ਚੁੱਕੇ ਨੇ। ਨਵਜੁਗ ਨੇ ਦੱਸਿਆ ਕਿ ਪਹਿਲਾਂ ਐਟਲਸ ਸਾਈਕਲ ਦੇ ਸੋਨੀਪਤ, ਮਲਨਪੁਰ ਅਤੇ ਸਾਹਿਬਾਬਾਦ 1 ਯੂਨਿਟ ਹੁੰਦੇ ਸਨ, ਪਰ ਹੁਣ ਸਾਹਿਬਾਬਾਦ ਯੂਨਿਟ ਸੋਨੀਪਤ ਅਤੇ ਮਲਨਪੁਰ ਤੋਂ ਵੱਖ ਹੋ ਚੁੱਕਿਆ ਹੈ। ਸਾਹਿਬਾਬਾਦ ਯੂਨਿਟ ਹੁਣ ਵੀ ਸਾਰਿਆਂ ਦੀ ਅਦਾਇਗੀ ਸਮੇਂ ਸਿਰ ਕਰ ਰਿਹਾ ਹੈ, ਜਦਕਿ ਸੋਨੀਪਤ ਅਤੇ ਮਲਨਪੁਰ ਯੂਨਿਟ ਵੱਲੋਂ 1 ਵੀ ਵੈਂਡਰ ਦੇ ਪੈਸਿਆਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। 26 ਮਾਰਚ ਅਤੇ 11 ਮਈ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਣ ਕਾਰਨ ਹੁਣ ਫੈਸਲਾ ਲਿਆ ਗਿਆ ਕਿ 13 ਅਕਤੂਬਰ ਨੂੰ ਤਿੰਨਾਂ ਯੂਨਿਟਾਂ ਦੇ ਡਾਇਰੈਕਟਰਾਂ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਕਾਰੋਬਾਰੀਆਂ ਵੱਲੋਂ ਐਟਲਸ ਸਾਈਕਲ ਦੇ ਪਲਾਂਟਾਂ ਅਤੇ ਉਹਨਾਂ ਦੇ ਘਰਾਂ ਦੇ ਬਾਹਰ ਵੀ ਧਰਨੇ ਦਿੱਤੇ ਜਾਣਗੇ। ਉਹ ਐਟਲਸ ਦੇ ਅਗੇਂਸਟ ਆ ਜਿਹੜੇ ਸੋਨੀਪਤ ਮੱਲਾਪੁਰ ਵਾਲੀ ਆ, ਉਹਨਾਂ ਨੇ ਅਸੀਂ ਉਹਨਾਂ ਨੂੰ ਅਪਰੋਚ ਕਰਦੇ ਰਹੇ ਹਾਂ। ਸਾਡੇ ਕੁਝ ਮੈਂਬਰ ਜਿਹੜੇ ਛੋਟੇ ਇੰਡਸਟਰੀ ਵਾਲੇ ਆ, ਉਹਨਾਂ ਦੀ ਪੇਮੈਂਟ ਉਹਨਾਂ ਨੇ ਫਸਾਈ ਹੋਈ ਆ ਔਰ ਉਹ ਪੇਮੈਂਟਾਂ ਦੇ ਨਹੀਂ ਰਹੇ। ਸਾਡੀਆਂ ਮੀਟਿੰਗਾਂ ਵੀ ਉਹਨਾਂ ਨਾਲ ਹੋਈਆਂ ਔਰ ਉਹਨਾਂ ਨੇ ਕੋਈ ਮੀਟਿੰਗਾਂ ਤੋਂ ਬਾਅਦ ਵੀ ਕੋਈ ਸਾਨੂੰ ਅੱਛਾ ਰਿਸਪੋਂਸ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਅਸੀਂ ਫਿਰ ਵੀ ਇਹਨਾਂ ਨਾਲ ਮੀਟਿੰਗ ਕਰਦੇ ਨੇ। ਉਸ ਤੋਂ ਬਾਅਦ ਸਾਨੂੰ ਇਹਨਾਂ ਨੇ 2 ਮਹੀਨੇ ਦਾ ਟਾਈਮ ਦਿੱਤਾ ਆ ਔਰ 2 ਮਹੀਨੇ ਦੇ ਟਾਈਮ ਤੋਂ ਬਾਅਦ ਵੀ ਜਦੋਂ 24 ਤਰੀਕ ਉਹ 2 ਮਹੀਨੇ ਉਹਨਾਂ ਦੇ ਖਤਮ ਹੋਏ ਆ ਸਤੰਬਰ 'ਚ, ਅਸੀਂ ਉਹਨਾਂ ਨੂੰ ਫਿਰ ਅਪਰੋਚ ਕੀਤੀ ਆ, ਉਹ ਫਿਰ ਲਿੰਗਰ ਔਨ ਕਰਦੇ ਰਹੇ ਆ। ਅਸੀਂ 2 ਦਿਨ ਰੁਕੋ ਜੀ, 4 ਦਿਨ ਰੁਕੋ ਜੀ, ਫਿਰ ਅਖੀਰਲੀ ਉਹਨਾਂ ਨੇ ਸਾਨੂੰ 6 ਤਰੀਕ ਦਾ ਟਾਈਮ ਦਿੱਤਾ ਵੀ ਸਾਡੇ ਕੋਈ ਕੇਸ ਕੋਈ ਚੱਲਦੇ ਅਸੀਂ ਉਹਦੇ 'ਚ ਫਾਈਨਲ ਕਰਕੇ ਫਿਰ ਤੁਹਾਨੂੰ ਦੱਸਾਂਗੇ। ਔਰ ਉਹਨਾਂ ਨੇ ਵੀ ਉਹ ਫਿਰ 6 ਤਰੀਕ ਆਈ, ਜਦੋਂ 7 ਨੂੰ ਅਸੀਂ ਟੈਲੀਫੋਨ ਕੀਤਾ ਤਾਂ ਉਹਨਾਂ ਨੇ ਕੁਛ ਸਾਨੂੰ ਜਵਾਬ ਰਿਸਪੋਂਸੀਬਲ ਨਹੀਂ ਦਿੱਤਾ, ਤਾਂ ਕਿ ਅਸੀਂ ਕਿਹਾ ਜੀ ਸਾਨੂੰ ਜਿਹੜੇ ਮੈਂਬਰ ਆ ਸਾਡੇ ਮੈਂਬਰਾਂ ਦੀ ਸਾਨੂੰ ਪੇਮੈਂਟ ਦਿਓ ਔਰ ਅਸੀਂ ਆ ਤੁਹਾਡੇ ਕੋਲ ਵੀ ਆ ਕੇ ਗੱਲ ਵੀ ਕਰ ਲਾਂਗੇ, ਪਹਿਲਾਂ ਸਾਡੀ ਪੇਮੈਂਟ ਕਢਾਓ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਫਿਰ ਅਪਰੋਚ ਕਰਦੇ ਰਹੇ ਹਾਂ, ਟੈਲੀਫੋਨ ਵੀ, ਲੈਟਰ ਵੀ ਲਿਖੀ ਹਾਂ। ਅੱਜ ਕੋਈ ਰਿਸਪੋਂਸ ਮਿਲਣ ਦੀ ਨਾ ਖਾਤਰ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਤਾਂ ਕਿ ਅਸੀਂ ਇੱਕ ਉਹਨਾਂ ਦਾ ਪੁਤਲਾ ਫੂਕਣਾ ਆ 12 ਤਰੀਕ ਨੂੰ ਯੂਨਾਈਟਡ ਸਾਈਕਲ ਪਾਰਟ ਦੇ ਕੰਪਲੈਕਸ ਦੇ ਬਾਹਰ 3 ਬੰਦਿਆਂ ਦਾ, ਜਿਹਦੇ 'ਚ ਵਿਕਰਮ ਕਪੂਰ ਜੀ ਆ, ਅੰਗਦ ਕਪੂਰ ਜੀ ਆ ਅਤੇ ਰੋਹਿਤ ਕਪੂਰ ਜੀ ਆ। ਔਰ ਅੱਜ ਸਾਨੂੰ ਮੈਂਬਰਾਂ ਨੇ ਬੜਾ ਅੱਛਾ ਦੂਸਰੀਆਂ ਐਸ਼ੀ ਉਹਨਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਇਹਦੇ ਬਾਰੇ, ਤਾਂ ਕਿ ਜਿਹੜੇ ਸਾਡੀ ਛੋਟੀ ਇੰਡਸਟਰੀ ਨੂੰ ਅਸੀਂ ਬਚਾਇਆ ਜਾ ਸਕੇ। ਔਰ ਵਿਚਾਰੇ ਇੰਨੇ ਬੰਦੇ ਹੈਗੇ ਆ ਕਿ ਆਪਣੀਆਂ ਲਿਮਟਾਂ ਵੀ ਉਹ ਲਈ ਬੈਠੇ ਆ, ਉਹ ਕੋਈ NPA ਹੋ ਰਹੇ ਆ ਉਹਨਾਂ ਦੇ ਅਕਾਊਂਟ, ਔਰ ਕੁਛ ਬਿਮਾਰੀ ਕਰਕੇ ਕੋਈ ਆਪਣੇ ਨੂੰ ਦੇ ਨਹੀਂ ਰਹੇ ਪੈਸੇ। ਔਰ ਇੰਨੇ ਅੱਛੇ ਵਧੀਆ ਕੇਸ 'ਚ ਵੀ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਪੈਸੇ, ਜਿਹੜੇ ਕਿ ਵਿਚਾਰੇ ਉਹ ਦੇਣੇ ਸੀਗੇ ਸਿਮਤੀ ਲਈ, ਉਹਨਾਂ ਨੇ ਉਹ ਵੀ ਨਹੀਂ ਸਾਨੂੰ ਉਹਨਾਂ ਨੇ ਪੇਮੈਂਟ ਕੀਤੀ ਸਾਡੀ। ਔਰ ਅੱਜ ਸਾਨੂੰ ਉਹ ਸਟੈਪ ਚੱਕਣਾ ਪਿਆ ਵੀ ਸਾਨੂੰ ਉਹਨਾਂ ਦੇ ਪੁਤਲੇ ਫੂਕਣੇ ਪੈ ਰਹੇ ਆ, ਔਰ ਸਾਨੂੰ ਅੱਜ ਅਸੀਂ ਸਾਈਕਲਾਂ ਦੀ ਜਿੰਨੀਆਂ ਵੀ ਐਸੋਸੀਏਸ਼ਨਾਂ ਹੈਗੀਆਂ ਉਹ ਸਾਨੂੰ ਸਹਿਯੋਗ ਕਰਨ ਲਈ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ, ਜਿਵੇਂ ਕਿ ਐਕਮਾ ਵੀ ਹੈਗੀ ਆ ਔਰ CICU ਸਾਡੇ ਨਾਲ ਬੈਠੇ ਆ ਔਰ ਹੋਲਸੇਲ ਸਾਈਕਲ ਡੀਲਰ ਐਸੋਸੀਏਸ਼ਨ, ਸਪਲਾਇਰ ਐਸੋਸੀਏਸ਼ਨ ਆ, ਜਨਤਾ ਨਗਰ ਸਮਾਲ ਸਕੇਲ ਇੰਡਸਟਰੀ ਆ ਔਰ ਸਮਾਲ ਸਕੇਲ ਇੰਡਸਟਰੀ ਡਾਭਾ ਰੋਡ ਵੀ ਆ ਸਾਡੇ ਨਾਲ, ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਆ। ਔਰ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਸਾਰੇ ਵੱਧ ਤੋਂ ਵੱਧ ਇਕੱਠੇ ਹੋਈਏ ਔਰ ਇੱਦਾਂ ਦੇ ਬੰਦਿਆਂ ਨੂੰ ਜਿਹੜੇ ਕਿ ਛੋਟੀ ਇੰਡਸਟਰੀ ਨੂੰ ਮਾਰ ਰਹੇ ਆ ਉਹਨਾਂ ਨਾਲ ਰਲ ਕੇ ਮੁਕਾਬਲਾ ਕਰੀਏ ਔਰ ਇਹਨਾਂ ਨੂੰ ਸਾਡੇ ਮੈਂਬਰਾਂ ਦੀ ਪੇਮੈਂਟ ਵਾਪਸ ਦਿਵਾਉਣ ਲਈ ਸਾਨੂੰ ਸਹਿਯੋਗ ਮਿਲੇ। ਮੈਂ ਧੰਨਵਾਦ ਕਰਦਾ। ਉਸ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਐਕਸ਼ਨ ਦੱਸਾਂਗੇ, ਤਾਂ ਅਸੀਂ DCP ਤੋਂ ਵੀ ਜਾਵਾਂਗੇ, ਉੱਥੇ ਵੀ ਕ੍ਰਿਮੀਨਲ ਇੱਕ ਕੇਸ ਕਰਾਵਾਂਗੇ ਜਿਹੜਾ ਕਿ ਇਹਨਾਂ ਨੇ ਫਰੋਡ ਬੰਦਾ ਆ ਸਾਡੇ ਮੈਂਬਰਾਂ ਨਾਲ ਫਰੋਡ ਕੀਤਾ, ਉਹ ਵੀ ਕਰਾਵਾਂਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।